ਜ਼ਬਰਦਸਤੀ ਲੈ ਕੇ ਆਏ ਸੀਗੇ ਘਰੋਂ ਕਿ ਤੁਸੀਂ ਆਪਣੀ ਮਰਜ਼ੀ ਨਾਲ ਆਏ? ਨਹੀਂ ਜੀ, ਜ਼ਬਰਦਸਤੀ ਲੈ ਕੇ ਆਏ ਸੀ ਅਤੇ ਉਹ ਟਾਈਮ ਬੜਾ ਪੇਨਫੁਲ ਟਾਈਮ ਸੀਗਾ ਮੇਰੇ ਲਈ, ਕਿਉਂਕਿ ਇੱਕ 13 ਸਾਲ ਦੇ ਬੱਚੇ ਨੂੰ ਮਾਂ ਬਾਪ ਤੋਂ ਅਲੱਗ ਕਰਨਾ ਬੜੀ ਮਤਲਬ ਪ੍ਰੋਬਲਮ ਵਾਲੀ ਗੱਲ ਸੀ। ਠੀਕ ਹੈ ਨਾ, ਉਹ ਮਤਲਬ ਚੀਜ਼ਾਂ ਮੈਂ ਫੇਸ ਕੀਤੀਆਂ, ਬਟ ਮੈਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੀ ਕਿ ਉਦੋਂ ਮੇਰੇ ਪੇਰੈਂਟਸ ਦਾ ਕੀ ਹਾਲ ਸੀ ਅਤੇ ਮੇਰਾ ਕੀ ਹਾਲ ਸੀ। ਠੀਕ ਹੈ ਨਾ, ਹਾਂ। ਮੈਮ, ਉਹਨਾਂ ਨੂੰ ਕਿੱਦਾਂ ਪਤਾ ਲੱਗਿਆ ਵੀ ਤੁਸੀਂ ਮਹਾਨ? ਦੇਖੋ ਜੀ, ਜਦੋਂ 12-13 ਸਾਲ ਦੀ ਉਮਰ 'ਚ ਬੱਚਾ ਆਉਂਦਾ ਹੈ ਤਾਂ ਸਰੀਰ ਦੇ ਵਿੱਚ ਆਪਣਾ ਥੋੜ੍ਹੇ ਬਦਲਾਵ ਚੇਂਜਿੰਗ ਆਉਣੇ ਲੱਗ ਜਾਂਦੇ ਹੈ, ਅਤੇ ਮੇਰੇ ਵੀ 13 ਸਾਲ ਦੀ ਹੋ ਗਈ ਸੀ ਤਾਂ ਮੇਰੇ ਵੀ ਥੋੜ੍ਹੇ ਚੇਂਜਿੰਗ ਆਉਣੇ ਲੱਗ ਗਏ ਸੀ, ਅਤੇ ਮੈਂ ਤਾਂ ਨਾ ਤਾਂ ਕੁੜੀਆਂ 'ਚ ਕੰਫਰਟੇਬਲ ਸੀ ਨਾ ਮੈਂ ਮੁੰਡਿਆਂ 'ਚ ਕੰਫਰਟੇਬਲ ਸੀ, ਤਾਂ ਕਰਕੇ ਥੋੜ੍ਹਾ ਜਿਹਾ ਮੈਨੂੰ ਇਹ ਪ੍ਰੋਬਲਮ ਆਈ। ਅਤੇ ਤੁਹਾਨੂੰ ਪਤਾ ਹੀ ਹੈ, ਗੱਲ ਨਿਕਲਦੀ ਨਿਕਲਦੀ ਨਿਕਲ ਹੀ ਜਾਂਦੀ ਹੈ। ਠੀਕ ਹੈ ਨਾ, ਅਤੇ ਤਾਂ ਕਰਕੇ ਥੋੜ੍ਹਾ ਜਿਹਾ ਹੋ ਗਿਆ ਸੀ। ਸਮਾਜ ਦੇ ਵਿੱਚ ਅੱਛੇ ਲੋਕ ਵੀ ਬਹੁਤ ਹੈ, ਬੁਰੇ ਲੋਕ ਵੀ ਬਹੁਤ ਹੈ। ਅੱਛੇ ਲੋਕ ਵੀ ਹੈ ਜਿਹੜੇ ਇੱਜ਼ਤ ਵੀ ਬਹੁਤ ਕਰਦੇ ਹੈ, ਬਟ ਬੁਰੇ ਲੋਕ ਵੀ ਹੈ ਜਿਹੜੇ ਗੰਦੇ ਕਮੈਂਟਸ ਵੀ ਕਰਦੇ ਹੈ, ਗੰਦੇ ਮੈਸੇਜ ਵੀ ਲਿਖਦੇ ਹੈ। ਬਟ ਇਹ ਤਾਂ ਜੋ ਫੀਲ ਕਰਦਾ ਉਹਨੂੰ ਹੀ ਪਤਾ ਲੱਗਦਾ ਹੈ ਕਿ ਮੈਂ ਕੀ ਫੇਸ ਕਰ ਰਹੀ ਹਾਂ। ਠੀਕ ਹੈ ਨਾ, ਦੇਖੋ ਜੀ, ਲੋਕਾਂ ਨੇ ਬੜੇ ਕੋਡ ਵਰਡ ਬਣਾਏ ਹੋਏ ਆ ਬੋਲਣ ਦੇ, ਤਾਂ ਘੋੜਾ, ਛੱਕਾ, ਜਨਾਨਾ, ਚਾਵਲ, ਗੁੜ, ਕੜੀ, ਪਰੌਂਠਾ, ਪਤਾ ਨਹੀਂ ਕੀ ਕੀ ਬੋਲਦੇ ਹੈ। ਬਟ ਹਾਂ, ਦੁੱਖ ਤਾਂ ਹੁੰਦਾ, ਬਟ ਹੁਣ ਨਹੀਂ ਹੁੰਦਾ ਦੁੱਖ। ਹੁਣ ਉਹ ਟਾਈਮ ਸੀਗਾ ਜਦੋਂ ਗੁੱਸਾ ਆਉਂਦਾ ਸੀਗਾ, ਲੇਕਿਨ ਹੁਣ ਗੁੱਸਾ ਨਹੀਂ ਆਉਂਦਾ। ਹੁਣ ਸੋਚਦੇ ਹਾਂ ਕਿ ਦੇਖੋ ਹਾਥੀ ਨੇ ਚੱਲਣਾ, ਕੁੱਤੇ ਭੌਂਕਦੇ ਤਾਂ ਭੌਂਕਦੇ ਰਹਿਣੇ, ਕੋਈ ਦਿੱਕਤ ਨਹੀਂ ਹੈ। ਠੀਕ, ਅਤੇ ਹਲੇ ਪੰਜਾਬ ਦੇ ਵਿੱਚ ਦੇਖੋ, ਇੰਡੀਆ ਦੇ ਵਿੱਚ ਟਰਾਂਸਜੈਂਡਰ ਕਮਿਊਨਿਟੀ ਵਾਸਤੇ ਬਹੁਤ ਕੁਛ ਹੋ ਰਿਹਾ, ਬਹੁਤ ਸੁਪਰੀਮ ਕੋਰਟ ਨੇ ਜਿਹੜੇ ਫੈਸਲੇ ਦਿੱਤੇ ਉਹਨਾਂ 'ਚ ਟਰਾਂਸਜੈਂਡਰ ਕਮਿਊਨਿਟੀ ਨੂੰ ਬਹੁਤ ਕੁਛ ਦਿੱਤਾ ਹੈ। ਜਿਵੇਂ ਕਿ ਝਾਰਖੰਡ 'ਚ ਦੇਖ ਲਓ ਤੁਸੀਂ, ਝਾਰਖੰਡ 'ਚ ਟਰਾਂਸਜੈਂਡਰ ਕਮਿਊਨਿਟੀ ਨੂੰ ਅਲੱਗ ਤੋਂ ਘਰ ਵੀ ਦਿੱਤੇ ਹੈ ਗੌਰਮੈਂਟ ਨੇ, ਉਹ ਵੀ ਸਟੇਟ ਗੌਰਮੈਂਟ ਦਾ ਹੀ ਹੈ, ਸੈਂਟਰ ਗੌਰਮੈਂਟ ਨਾਲ ਮਿਲ ਕੇ। ਲੇਕਿਨ ਪੰਜਾਬ ਦੇ ਵਿੱਚ ਇੱਦਾਂ ਦਾ ਕੋਈ ਉਪਰਾਲਾ ਹਾਲੇ ਤੱਕ ਨਹੀਂ ਹੋ ਰਿਹਾ। ਅਤੇ ਗੌਰਮੈਂਟ ਨੂੰ ਮੇਰਾ ਇਹ ਵੀ ਕਹਿਣਾ ਹੈ ਸਟੇਟ ਗੌਰਮੈਂਟ ਨੂੰ ਕਿ ਇੱਧਰ ਵੀ ਥੋੜ੍ਹਾ ਧਿਆਨ ਦਿੱਤਾ ਜਾਵੇ, ਤਾਂ ਕਿ ਇੱਥੋਂ ਦੇ ਜਿਹੜੇ ਟਰਾਂਸਜੈਂਡਰ ਕਮਿਊਨਿਟੀ ਹੈ ਉਹਨਾਂ ਨੂੰ ਵੀ ਥੋੜ੍ਹਾ ਫਾਇਦਾ ਮਿਲ ਪਾਵੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨ, ਤਾਂ ਮੈਂ ਨੇਹਾ ਮਲਿਕ। ਕਹਿੰਦੇ ਨੇ ਬੁਰੇ ਬੰਦੇ ਮੈਂ ਲੱਭਣ ਤੁਰਿਆ, ਬੁਰਾ ਨਾ ਮਿਲਿਆ ਕੋਈ, ਪਰ ਜਦੋਂ ਮੈਂ ਆਪਣੇ ਅੰਦਰ ਚੱਕਿਆ ਮੇਰੇ ਤੋਂ ਬੁਰਾ ਨਾ ਕੋਈ। ਜੀ ਹਾਂ, ਕਿਤੇ ਨਾ ਕਿਤੇ ਇਹ ਗੱਲ ਬਿਲਕੁਲ ਹੀ ਸੱਚ ਹੈ, ਕਿਉਂਕਿ ਅਸੀਂ ਜੇ ਅੱਜ ਦੀ ਦੁਨੀਆ ਦੀ ਗੱਲ ਕੀਤੀ ਜਾਵੇ ਤਾਂ ਇੱਕ ਦੂਜੇ ਨੂੰ ਬੜੀ ਜਲਦੀ ਜੱਜ ਕਰ ਲੈਂਦੇ ਹਾਂ, ਪਰ ਕਦੇ ਆਪਣੀਆਂ ਬੁਰਾਈਆਂ ਨੂੰ ਨਹੀਂ ਦੇਖਦੇ। ਅਤੇ ਅੱਜ ਸਾਡੇ ਨਾਲ ਮੋਹਿਨੀ ਮਹੰਤ ਜੀ ਮੌਜੂਦ ਨੇ, ਆਪਾਂ ਉਹਨਾਂ ਨਾਲ ਗੱਲ ਕਰ ਲਾਂਗੇ ਕੀ ਉਹਨਾਂ ਨੂੰ ਦੁਨੀਆ ਦੀਆਂ ਬੁਰੀਆਂ ਗੱਲਾਂ ਸੁਣਨੀਆਂ ਪਈਆਂ, ਲਾਈਫ ਦੇ ਵਿੱਚ ਕੀ ਸਟਰਗਲ ਕਰਨਾ ਪਿਆ ਅਤੇ ਕਿੰਨੇ ਕੁ ਧੋਖੇ ਖਾਣੇ ਪਏ। ਸਤਿ ਸ਼੍ਰੀ ਅਕਾਲ ਜੀ, ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਦੋ ਸਿਟੀ ਹੈਡਲਾਈਨ। ਥੈਂਕ ਯੂ ਜੀ। ਮੋਹਿਨੀ ਮਹੰਤ, ਅੱਜ ਮੈਂ ਕਹਿੰਦੀ ਹਾਂ ਬਹੁਤ ਲੋਕ ਤੁਹਾਨੂੰ ਜਾਣਦੇ ਨੇ, ਬਹੁਤ ਲੋਕਾਂ ਦੀ ਤੁਸੀਂ ਪਹਿਚਾਣ ਬਣ ਗਏ ਹੋ। ਮੈਮ, ਬਚਪਨ ਤੋਂ ਲੈ ਕੇ ਹੁਣ ਤੱਕ ਦਾ ਸਫ਼ਰ ਕਿੱਦਾਂ ਦਾ ਰਿਹਾ ਤੁਹਾਡਾ? ਦੇਖੋ ਜੀ, ਮੈਂ 6th ਕਲਾਸ ਤੱਕ ਰੈਗੂਲਰ ਪੜ੍ਹੀ ਹੋਈ ਹੈ। ਮੈਂ 13 ਸਾਲ ਦੀ ਉਮਰ 'ਚ ਮੈਂ ਇੱਧਰ ਆ ਗਈ ਸੀ ਕਿੰਨਰ ਕਮਿਊਨਿਟੀ ਦੇ ਵਿੱਚ, ਇਹ ਲੋਕ ਮੈਨੂੰ ਲੈ ਆਏ ਸੀ। ਉਸ ਵੇਲੇ ਇੱਦਾਂ ਦਾ ਕੋਈ ਕਾਨੂੰਨ ਨਹੀਂ ਸੀਗਾ ਕਿ ਅਗਰ ਕੋਈ ਬੱਚਾ ਟਰਾਂਸਜੈਂਡਰ ਪੈਦਾ ਹੁੰਦਾ ਹੈ ਤਾਂ ਉਹਨੂੰ ਜ਼ਬਰਦਸਤੀ ਕਿੰਨਰ ਨਹੀਂ ਲੈ ਸਕਦੇ, ਕਿੰਨਰ ਉਦੋਂ ਜ਼ਬਰਦਸਤੀ ਲੈ ਆਉਂਦੇ ਹੁੰਦੇ ਸੀ। ਬਟ ਹੁਣ ਤਾਂ ਨਾਲ ਸਾ ਜੱਜਮੈਂਟ ਬਣ ਗਿਆ ਅਤੇ ਤਾਂ ਕਰਕੇ ਹੁਣ ਇਸ ਇੱਦਾਂ ਦਾ ਕੋਈ ਦਿੱਕਤ ਨਹੀਂ ਆ ਰਹੀ। ਜ਼ਬਰਦਸਤੀ ਲੈ ਕੇ ਆਏ ਸੀਗੇ ਘਰੋਂ ਕਿ ਤੁਸੀਂ ਆਪਣੀ ਮਰਜ਼ੀ ਨਾਲ ਆਏ? ਨਹੀਂ ਜੀ, ਜ਼ਬਰਦਸਤੀ ਲੈ ਕੇ ਆਏ ਸੀ ਅਤੇ ਉਹ ਟਾਈਮ ਬੜਾ ਪੇਨਫੁਲ ਟਾਈਮ ਸੀਗਾ ਮੇਰੇ ਲਈ, ਕਿਉਂਕਿ ਇੱਕ 13 ਸਾਲ ਦੇ ਬੱਚੇ ਨੂੰ ਮਾਂ ਬਾਪ ਤੋਂ ਅਲੱਗ ਕਰਨਾ ਬੜੀ ਮਤਲਬ ਪ੍ਰੋਬਲਮ ਵਾਲੀ ਗੱਲ ਸੀ। ਠੀਕ ਹੈ ਨਾ, ਉਹ ਮਤਲਬ ਚੀਜ਼ਾਂ ਮੈਂ ਫੇਸ ਕੀਤੀਆਂ, ਬਟ ਮੈਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੀ ਕਿ ਉਦੋਂ ਮੇਰੇ ਪੇਰੈਂਟਸ ਦਾ ਕੀ ਹਾਲ ਸੀ ਅਤੇ ਮੇਰਾ ਕੀ ਹਾਲ ਸੀ। ਠੀਕ ਹੈ ਨਾ, ਹਾਂ। 13 ਸਾਲ ਦਾ ਬੱਚਾ ਜਿਹਨੂੰ ਆਪਣੇ ਘਰ ਤੋਂ ਇਲਾਵਾ ਕੁਛ ਦੂਜਾ ਦਿਖਦਾ ਹੀ ਨਹੀਂ, ਮੈਮ ਉਹਨਾਂ ਨੂੰ ਕਿੱਦਾਂ ਪਤਾ ਲੱਗਿਆ ਵੀ ਤੁਸੀਂ ਮਹਾਨ? ਦੇਖੋ ਜੀ, ਜਦੋਂ 12-13 ਸਾਲ ਦੀ ਉਮਰ 'ਚ ਬੱਚਾ ਆਉਂਦਾ ਹੈ ਤਾਂ ਸਰੀਰ ਦੇ ਵਿੱਚ ਆਪਣਾ ਥੋੜ੍ਹੇ ਬਦਲਾਵ ਚੇਂਜਿੰਗ ਆਉਣੇ ਲੱਗ ਜਾਂਦੇ ਹੈ, ਅਤੇ ਮੇਰੇ ਵੀ 13 ਸਾਲ ਦੀ ਹੋ ਗਈ ਸੀ ਤਾਂ ਮੇਰੇ ਵੀ ਥੋੜ੍ਹੇ ਚੇਂਜਿੰਗ ਆਉਣੇ ਲੱਗ ਗਏ ਸੀ, ਅਤੇ ਮੈਂ ਤਾਂ ਨਾ ਤਾਂ ਕੁੜੀਆਂ 'ਚ ਕੰਫਰਟੇਬਲ ਸੀ ਨਾ ਮੈਂ ਮੁੰਡਿਆਂ 'ਚ ਕੰਫਰਟੇਬਲ ਸੀ।
ਤਾਂ ਕਰਕੇ ਥੋੜ੍ਹਾ ਜਿਹਾ ਮੈਨੂੰ ਇਹ ਪ੍ਰੋਬਲਮ ਆਈ ਅਤੇ ਤੁਹਾਨੂੰ ਪਤਾ ਹੀ ਹੈ ਗੱਲ ਨਿਕਲਦੀ ਨਿਕਲਦੀ ਨਿਕਲ ਹੀ ਜਾਂਦੀ ਹੈ ਠੀਕ ਹੈ ਨਾ ਅਤੇ ਤਾਂ ਕਰਕੇ ਥੋੜ੍ਹਾ ਜਿਹਾ ਹੋ ਗਿਆ ਸੀ ਅਤੇ ਉਹਦੇ ਬਾਅਦ ਮੈਂ ਇੱਥੇ ਡੇਰੇ 'ਚ ਆ ਗਈ ਸੀ ਲੁਧਿਆਣਾ। ਤੁਹਾਡੇ ਘਰਦਿਆਂ ਨੂੰ ਪਤਾ ਸੀ ਕਿ ਤੁਸੀਂ ਬਚਪਨ ਤੋਂ ਹੀ ਉਹ ਇੱਦਾਂ ਦੇ? ਨਹੀਂ, ਘਰਦਿਆਂ ਨੂੰ ਪਤਾ ਸੀ ਬਟ ਘਰਦਿਆਂ ਨੇ ਮੈਨੂੰ ਮੁੰਡਾ ਬਣਾ ਕੇ ਪਾਲਿਆ ਸੀ। ਮੈਂ ਮੇਰੇ ਮਾਂ ਪਿਓ ਦੀ ਫਸਟ ਸੰਤਾਨ ਹਾਂ ਅਤੇ ਉਹਨਾਂ ਨੇ ਮੁੰਡਾ ਬਣਾ ਕੇ ਪਾਲਿਆ ਸੀ ਵੀ ਚਲੋ ਅਗਰ ਵਿਆਹ ਸ਼ਾਦੀ ਨਾ ਵੀ ਕਰਾਂਗੇ ਤਾਂ ਵੀ ਕੋਈ ਖਾਸ ਗੱਲ ਨਹੀਂ, ਮੁੰਡੇ ਕੁਆਰੇ ਰਹਿੰਦੇ ਹੀ ਰਹਿ ਜੂਗਾ ਠੀਕ ਹੈ ਨਾ। ਉਹਨਾਂ ਨੇ ਮੈਨੂੰ ਮੁੰਡਾ ਬਣਾ ਕੇ ਪਾਲਿਆ ਸੀ ਅਤੇ ਮੇਰਾ ਨਾਮ ਹਲੇ ਵੀ ਮੋਹਨ ਹੈ ਡਾਕੂਮੈਂਟ ਦੇ ਵਿੱਚ, ਜਿਹੜੇ ਮੇਰੇ ਸਟੱਡੀ ਦੇ ਡਾਕੂਮੈਂਟਸ ਸਾਰਿਆਂ 'ਚ ਮੋਹਨ ਹੈ। ਲੇਕਿਨ ਲੋਕ ਹੁਣ ਮੈਂ ਜਦੋਂ ਡੇਰੇ 'ਚ ਆ ਗਈ ਹਾਂ ਵਧਾਈ ਲੈਣ ਜਾਂਦੇ, ਲੋਕ ਮੈਨੂੰ ਮੋਹਿਨੀ ਮਹੰਤ ਦੇ ਨਾਮ ਤੋਂ ਡੇਰੇ ਵਾਲਿਆਂ ਨੂੰ ਜਾਣਦੇ ਆ, ਸਾਰੀ ਦੁਨੀਆ ਜਾਣਦੀ ਆ। ਮੈਮ ਕਿੰਨਾ ਕੁ ਔਖਾ ਟਾਈਮ ਸੀਗਾ ਉਹ ਵਾਲਾ ਜਦੋਂ ਆਪਣੇ ਘਰਦਿਆਂ ਨੂੰ ਛੱਡ ਕੇ ਆਏ ਸੀਗੇ ਅਤੇ ਅੱਜ ਤੁਸੀਂ ਕਿਹਾ ਵੀ ਹੈ ਨਾ ਤੁਸੀਂ ਵਧਾਈਆਂ ਲੈਣ ਜਾਂਦੇ ਹੋ, ਲੋਕ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਵੀ ਕਰਦੇ ਨੇ, ਤੁਹਾਡੀ ਤਾਰੀਫ ਵੀ ਕਰਦੇ ਨੇ, ਪਰ ਕਿਤੇ ਨਾ ਕਿਤੇ ਉਹ ਟਾਈਮ ਭੁੱਲਦਾ ਨਹੀਂ ਹੋਊਗਾ ਕਿ ਮੈਂ ਕਿੱਦਾਂ ਆਪਣੇ ਘਰਦਿਆਂ ਨੂੰ ਛੱਡ ਕੇ ਆਈ ਸੀ ਅਤੇ ਕਿੱਦਾਂ ਦੇ ਹਾਲਾਤ? ਦੇਖੋ ਇਹ ਤਾਂ ਬਹੁਤ ਪੁਰਾਣੀ ਗੱਲ ਹੋ ਗਈ, ਹੁਣ ਤਾਂ ਖੈਰ ਮੈਂ ਸਾਰਾ ਕੁਛ ਨਿਕਾਲ ਚੁੱਕੀ ਹਾਂ। ਉਹ ਟਾਈਮ ਮੈਂ ਪਹਿਲਾਂ ਦੱਸ ਚੁੱਕੀ ਹਾਂ ਤੁਹਾਨੂੰ ਕਿ ਬੜਾ ਪੇਨਫੁਲ ਟਾਈਮ ਸੀ, ਮੈਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੀ। ਲੇਕਿਨ ਇੱਕ ਬੱਚੇ ਲਈ ਬਹੁਤ ਔਖਾ ਹੋ ਜਾਂਦਾ ਹੈ ਕਿ ਮਾਂ ਪਿਓ ਨੂੰ ਛੱਡ ਕੇ 13 ਸਾਲ ਦੀ ਉਮਰ ਦੇ ਵਿੱਚ ਅਗਰ ਆਪਾਂ ਅਦਰ ਲੋਕਾਂ ਦੇ ਵਿੱਚ ਕਿਤੇ, ਈਵਨ ਕਿ ਆਪਾਂ ਉਹਨਾਂ ਨੂੰ ਜਾਣਦੇ ਵੀ ਨਹੀਂ ਠੀਕ ਹੈ ਨਾ, ਅਤੇ ਉਹ ਟਾਈਮ ਬੜਾ ਮੁਸ਼ਕਿਲ ਦਾ ਟਾਈਮ ਸੀ। ਲੇਕਿਨ ਜੋ ਸੀ ਪਰਮਾਤਮਾ ਦੀ ਰਜ਼ਾ ਸੀ, ਜੋ ਸੀਗਾ ਨਿਕਲ ਗਿਆ ਟਾਈਮ। ਹੁਣ ਤਾਂ ਮੈਂ ਪਿੱਛੇ ਮੁੜ ਕੇ ਦੇਖਦੀ ਵੀ ਨਹੀਂ ਕਿ ਮੇਰੇ ਨਾਲ ਕੀ ਹੋਇਆ ਸੀ ਅਤੇ ਕੀ ਨਹੀਂ ਹੋਇਆ। ਹੁਣ ਤਾਂ ਮੈਂ ਅੱਗੇ ਦੀ ਸੋਚਦੀ ਹਾਂ ਕਿ ਆਉਣ ਵਾਲੀ ਕਮਿਊਨਿਟੀ ਨੂੰ ਜੋ ਮੈਂ ਫੇਸ ਕੀਤਾ, ਉਹ ਆਉਣ ਵਾਲੀ ਕਮਿਊਨਿਟੀ ਨੂੰ ਨਾ ਫੇਸ ਕਰਨਾ ਪਵੇ। ਜੇ ਗੱਲ ਕੀਤੀ ਜਾਵੇ ਥਰਡ ਜੈਂਡਰ ਦੀ, ਸੁਸਾਇਟੀ ਆਪਣੀ ਇੱਦਾਂ ਦੀ ਹੈ ਕਿ ਲੋਕ ਅਪਣਾਉਂਦੇ ਨਹੀਂ ਹੈਗੇ, ਪਰ ਤੁਸੀਂ ਵੀ ਸਾਡੇ ਵਰਗੇ ਹੀ ਹੋ। ਹਰ ਕਿਸੇ ਦੇ ਅੰਦਰ ਦਿਲ ਹੁੰਦਾ ਆ, ਮੈਂ ਕਹਿੰਦੀ ਹਾਂ ਤੁਸੀਂ ਸਾਡੇ ਨਾਲੋਂ ਵੀ ਜ਼ਿਆਦਾ ਸੋਹਣੇ ਹੋ ਕਿਉਂਕਿ ਤੁਸੀਂ ਰੱਬ ਵੱਲੋਂ ਬਣਾਏ ਗਏ ਇੱਕ ਸਪੈਸ਼ਲ ਗਿਫਟ ਹੋ, ਪਰ ਲੋਕ ਤੁਹਾਨੂੰ ਬਹੁਤ ਜ਼ਿਆਦਾ ਨਕਾਰਦੇ ਨੇ, ਉਸ ਟਾਈਮ ਕਿੱਦਾਂ ਦਾ ਫੀਲ ਹੁੰਦਾ? ਦੇਖੋ ਜੀ, ਸਮਾਜ ਦਾ ਨਜ਼ਰੀਆ ਸਭ ਦਾ ਇੱਕੋ ਜਿਹਾ ਨਹੀਂ ਹੋ ਸਕਦਾ, ਕਿਉਂਕਿ ਪੰਜੋਂ ਉਂਗਲਾਂ ਵੀ ਰੱਬ ਨੇ ਇੱਕੋ ਜਿਹੀਆਂ ਨਹੀਂ ਬਣਾਈਆਂ, ਉਹਨੇ ਵਿੱਚ ਵੀ ਫਰਕ ਹੈਗਾ, ਛੋਟੀਆਂ ਵੱਡੀਆਂ ਕਰਕੇ ਬਣਾਈਆਂ। ਸਮਾਜ ਦੇ ਵਿੱਚ ਅੱਛੇ ਲੋਕ ਵੀ ਬਹੁਤ ਹੈ, ਬੁਰੇ ਲੋਕ ਵੀ ਬਹੁਤ ਹੈ। ਅੱਛੇ ਲੋਕ ਵੀ ਹੈ ਜਿਹੜੀ ਇੱਜ਼ਤ ਵੀ ਬਹੁਤ ਕਰਦੇ ਹੈ, ਬਟ ਬੁਰੇ ਲੋਕ ਵੀ ਹੈ ਜਿਹੜੇ ਗੰਦੇ ਕਮੈਂਟਸ ਵੀ ਕਰਦੇ ਹੈ, ਗੰਦੇ ਮੈਸੇਜ ਵੀ ਲਿਖਦੇ ਹੈ। ਬਟ ਇਹ ਤਾਂ ਜੋ ਫੀਲ ਕਰਦਾ ਉਹਨੂੰ ਹੀ ਪਤਾ ਲੱਗਦਾ ਹੈ ਕਿ ਮੈਂ ਕੀ ਫੇਸ ਕਰ ਰਹੀ ਹਾਂ ਠੀਕ ਹੈ ਨਾ। ਬਟ ਥੋੜ੍ਹੀ ਜਾਣਕਾਰੀ ਵਾਸਤੇ ਮੈਂ ਤੁਹਾਨੂੰ ਦੱਸਦੀ ਹਾਂ ਕਿ ਪੰਜਾਬ ਆਪਣੇ ਦੇ ਇੰਡੀਆ ਦੇ ਵਿੱਚ ਪੰਜਾਬ, ਰਾਜਸਥਾਨ ਅਤੇ ਹਰਿਆਣਾ 3 ਸਟੇਟ ਇੱਦਾਂ ਦੀ ਹੈ ਜਿੱਥੇ ਮਹੰਤਾਂ ਨੂੰ, ਕਿੰਨਰਾਂ ਨੂੰ, ਟਰਾਂਸਜੈਂਡਰ ਨੂੰ ਬੜੀ ਇੱਜ਼ਤ ਬਖਸ਼ੀ ਜਾਂਦੀ ਹੈ, ਬੜੀ ਇੱਜ਼ਤ ਨਾਲ ਲੋਕ ਦੇਖਦੇ ਹੈ। ਬਟ ਦੂਸਰੇ ਸਟੇਟਾਂ ਸਾਰੀਆਂ ਜਿੰਨੀਆਂ ਵੀ ਹੈ ਉੱਥੇ ਅਮੂਮਨ ਟਰਾਂਸਜੈਂਡਰ ਕਮਿਊਨਿਟੀ ਇਹ ਮਤਲਬ ਜਾਂ ਤਾਂ ਲਾਈਟਾਂ ਮੰਗਣੀਆਂ, ਗੱਡੀਆਂ ਮੰਗਣੀਆਂ, ਜਾਂ ਕੋਈ ਵਧਾਈ ਵਧੂਈ ਦਾ ਉੱਥੇ ਬਹੁਤ ਘੱਟ ਚੱਲਣ ਹੁੰਦਾ ਹੈ। ਇੱਦਾਂ ਦੀ ਗੱਲ ਨਹੀਂ ਹੈ ਕਿ ਵਧਾਈ ਦਾ ਚੱਲਣ ਹੁੰਦਾ, ਬਹੁਤ ਘੱਟ ਚੱਲਣ ਹੁੰਦਾ। ਅਤੇ ਤਾਂ ਕਰਕੇ ਇੱਥੇ ਇਹਨਾਂ 3 ਸਟੇਟਾਂ ਦੇ ਵਿੱਚ ਟਰਾਂਸਜੈਂਡਰ ਦੀ ਸਥਿਤੀ ਅੱਛੀ ਠੀਕ ਹੈ, ਲੇਕਿਨ ਫਿਰ ਵੀ ਬਹੁਤ ਸਾਰੇ ਇੱਦਾਂ ਦੇ ਤਬਕਾ ਵੀ ਰਹਿੰਦਾ ਆਪਣੇ ਸਮਾਜ ਦੇ ਵਿੱਚ ਜੋ ਕਿ ਗੰਦੇ ਕਮੈਂਟਸ ਕਰਨੋਂ ਵੀ ਨਹੀਂ ਰੁਕਦੇ। ਤੁਸੀਂ ਕਿਹਾ ਹੈ ਨਾ ਤੁਹਾਨੂੰ ਗੰਦੇ ਕਮੈਂਟਸ ਆਉਂਦੇ ਨੇ, ਲੋਕ ਤੁਹਾਨੂੰ ਗਲਤ ਗਲਤ ਬੋਲਦੇ, ਮੈਮ ਕੀ ਬੋਲਦੇ ਨੇ, ਕਿਹੜੇ ਕਿਹੜੇ ਗੰਦੇ ਕਮੈਂਟਸ ਕਹਿੰਦੇ ਤੁਹਾਨੂੰ ਦੱਸੋਗੇ? ਦੇਖੋ ਜੀ, ਲੋਕਾਂ ਨੇ ਬੜੇ ਕੋਡ ਵਰਡ ਬਣਾਏ ਹੋਏ ਆ ਬੋਲਣ ਦੇ, ਤਾਂ ਘੋੜਾ, ਛੱਕਾ, ਜਨਾਨਾ, ਚਾਵਲ, ਗੁੜ, ਕੜੀ, ਪਰੌਂਠਾ, ਪਤਾ ਨਹੀਂ ਕੀ ਬੋਲਦੇ ਹੈ। ਬਟ ਹਾਂ, ਦੁੱਖ ਤਾਂ ਹੁੰਦਾ, ਬਟ ਹੁਣ ਨਹੀਂ ਹੁੰਦਾ ਦੁੱਖ। ਹੁਣ ਉਹ ਟਾਈਮ ਸੀਗਾ ਜਦੋਂ ਗੁੱਸਾ ਆਉਂਦਾ ਸੀਗਾ, ਲੇਕਿਨ ਹੁਣ ਗੁੱਸਾ ਨਹੀਂ ਆਉਂਦਾ। ਹੁਣ ਸੋਚਦੇ ਹਾਂ ਕਿ ਦੇਖੋ ਹਾਥੀ ਨੇ ਚੱਲਣਾ ਹੈ, ਕੁੱਤੇ ਭੌਂਕਦੇ ਤਾਂ ਭੌਂਕਦੇ ਰਹਿਣਾ, ਕੋਈ ਦਿੱਕਤ ਨਹੀਂ ਹੈ। ਗੁਰਬਾਨ ਮੰਨਦੇ ਹੋ ਜੇ ਤੁਹਾਡੇ ਨਾਲ ਇਹ ਚੀਜ਼ਾਂ ਹੋ ਰਹੀਆਂ ਨੇ, ਰੱਬ ਨੂੰ ਮੰਨਦੇ ਹੋ ਕਿ ਆਪਣੇ ਆਪ ਨੂੰ ਮੰਨਦੇ? ਦੇਖੋ ਨਾ, ਆਪਣੇ ਆਪ ਨੂੰ ਤਾਂ ਕਸੂਰਵਾਰ ਕੌਣ ਮੰਨਦਾ, ਕੋਈ ਨਹੀਂ ਮੰਨਦਾ। ਮੈਂ ਜੇ ਅਗਰ ਮੈਂ ਇਸ ਸਟੇਜ 'ਤੇ ਹੈਗੀ ਹਾਂ, ਮੈਂ ਇੱਦਾਂ ਦੀ ਮੈਨੂੰ ਰੱਬ ਨੇ ਬਣਾਇਆ ਹੈ, ਅਤੇ ਇਹਦੇ 'ਚ ਮੇਰੀ ਤਾਂ ਕੋਈ ਗਲਤੀ ਨਹੀਂ ਹੈ ਠੀਕ ਹੈ ਨਾ। ਇਹ ਤਾਂ ਰੱਬ ਨੇ ਜੋ ਬਣਾ ਤਾ ਮੈਂ ਸਵੀਕਾਰ ਕੀਤਾ, ਅਤੇ ਮੈਂ ਉਹ ਜ਼ਿੰਦਗੀ ਦਾ ਚਾਹੇ ਬੋਝ ਲੈ ਲਓ ਚਾਹੇ ਕੁਛ ਵੀ ਲੈ ਲਓ, ਮੈਂ ਉਹਨੂੰ ਜੀ ਰਹੀ ਹਾਂ ਠੀਕ ਹੈ ਨਾ। ਲੇਕਿਨ ਜਿਹੜਾ ਕੁਛ ਮਤਲਬ ਲੋਕ ਸੱਭਿਅ ਸਮਾਜ ਦੇ ਵਿੱਚ ਰਹਿ ਕੇ ਕਹਿੰਦੇ ਆ ਕਿ ਅਸੀਂ ਬਹੁਤ ਸੱਭਿਅ ਹੈਗੇ, ਅਸੀਂ ਬਹੁਤ ਪੜ੍ਹੇ ਲਿਖੇ ਹੈਗੇ, ਅਸੀਂ ਇਹ ਹੈਗੇ ਹੈਗੇ, ਅਸੀਂ ਉਹ ਹੈਗੇ, ਬੜੀਆਂ ਬੜੀਆਂ ਗੱਲਾਂ ਕਰਦੇ, ਬੜੇ ਬੜੀ ਹਿੰਗੇ ਡਾਂਕਦੇ ਆ ਜਿਹੜੇ ਲੋਕ, ਉਹ ਲੋਕ ਵੀ ਤਾਂ ਗੰਦੇ ਸ਼ਬਦਾਵਲੀ ਯੂਜ਼ ਕਰਦੇ ਹੀ ਹੈ।
बट उन्होंने नहीं करनी चाहिए। हर बंदे की रिस्पैक्ट करनी चाहिए है, हर बंदे नू रिस्पैक्ट देनी चाहिए है, हर बंदे को रिस्पैक्ट की आशा करनी चाहिए है। ताकि कि देखो सीधी जी गल है कि आप किसी ने रिस्पैक्ट देवे तो आप रिस्पैक्ट मिलेगी, ठीक है ना। हाँ, बाकी साड़ी कम्यूनिटी तो इदा की कम्यूनिटी है कि जी लोगों को आशीर्वाद ही देती है। मैं तो कोई किन्नर इदा का देखा नहीं किसी ने कोई गाला कटदा होना, ठीक है ना। हाँ मैम, कि जे गल हो रही है ना किन्ने क ज़्यादा हुण भी जे गल की जाए किसी पार्टी के विच जाने हो किसी भी मॉल के विच जाने हो कहते भी सानू बहुत ज़्यादा प्रॉब्लम होंगी है वॉशरूम नू लैके, क्योंकि मेल का भी बनया हुंदा फीमेल का भी बनया हुंदा है, पर थोड़े लिए कोई स्पैशल वो नहीं देंदे ओपरचुनिटी नहीं देंदे भी ना थोड़े कोई वॉशरूम हुंदा। फिर मैम तुसीं किद्दां मैनेज करदे हो ते लोकां नू किद्दां डील करदे हो? देखो जी, नालसा जजमेंट आया सी उहदे विच स्पष्टली नालसा जजमेंट विच सुप्रीम कोर्ट ने लिखा है कि जो फैसिलिटी मेल फीमेल नू मिलनी चाहिए वह फैसिलिटी थर्ड जेंडर नू भी मिलनी चाहिए। तो अपने पंजाब दे विच इत्थे ना कोई भी पब्लिक प्लेस ते तुसी जाके देख लो, ना तो सैपरेट लैटरिंग बाथरूम है और ना ही सैपरेट कोई अलग चीज़ है जेड़ा कि गवर्नमेंट ने प्रोवाइड करवाई होवे सेंटर गवर्नमेंट ने। बट मैं सेंटर गवर्नमेंट तो यही आशा करती हैं कि जिन्ना जल्दी तो जल्दी हो सके ये काम पूरे हो जावे, तो मतलब कई लोगों दी मुश्किलें घट हो जाएंगियां ते गवर्नमेंट का भी नाम चमकेगा। हुण इहदे वास्ते मैं डीसी मैडम है सुरभी मलिक जी उन्हां नूं एप्लीकेशन दे चुकी हैं बाथरूम सैपरेट करन वास्ते, भी हॉस्पिटल दे विच बस स्टैंड या रेलवे स्टेशन कोर्ट कंपलैक्स चार पांच थावां ते तां घट्टो घट सैपरेट बाथरूम होना चाहिए, क्योंकि हॉस्पिटल भी बंदे ने आना हुंदा, रेलवे स्टेशन भी जाना, बस स्टैंड भी जाना, तो कोर्ट भी जाना। बाकी चाहे हर थां ते ना होवे कोई जरूरी नहीं है, ठीक है ना, लेकिन तीन थावें तो होना जरूरी है। ये अलावा मैं एक वो भी एप्लीकेशन दिती है मैडम नू कि एक ट्रांसजेंडर प्रोटेक्शन सैल बनना है जेड़ा, ते ओदे बारे भी मैं मैडम नू दे के आई हूँ एप्लीकेशन, वो भी मैडम ने मतलब मार्क करती सी कि बना देंगे, लेकिन मेरे को हले तक उन्हों का कोई जवाब नहीं आया, ना तो बाथरूम वाले का आया ना ही कोई ओदा ट्रांसजेंडर प्रोटेक्शन सैल का आया। तो हले पंजाब दे विच देखो इंडिया दे विच ट्रांसजेंडर कम्यूनिटी वास्ते बहुत कुछ हो रहा है, बहुत सुप्रीम कोर्ट ने जेडे फैसले दिते उन्होंने ट्रांसजेंडर कम्यूनिटी ने बहुत कुछ दिता है। जिमें कि झारखंड देख लो, झारखंड ट्रांसजेंडर कम्यूनिटी नू अलग तो घर भी दिते है गवर्नमेंट ने, वह भी स्टेट गवर्नमेंट का ही है सेंटर गवर्नमेंट नाल मिलकर, लेकिन पंजाब दे विच इदां दा कोई उपराला हले तक नहीं हो रहा। बाकी मैं उम्मीद करती हाँ कि जल्दी पंजाब सरकार भी ये सारे काम करेगी। एक ट्रांसजेंडर वेलफेयर बोर्ड है जिहड़ा वो भी मतलब घट्टो घट 12-13 स्टेटा दे विच चल रहा है बने हुए है, तो वह ट्रांसजेंडर की जिन्नियां भी समस्यावां हैं उन्हें हैंडल भी कर रहे हैं, ठीक। लेकिन पंजाब दे विच हले भी ट्रांसजेंडर वेलफेयर बोर्ड नहीं बनया, तो गवर्नमेंट नू मेरा ये भी कहना है स्टेट गवर्नमेंट नू कि इधर भी थोड़ा ध्यान दिता जावे ताकि इत्थों दे जिहड़े ट्रांसजेंडर कम्यूनिटी है उन्होंने भी थोड़ा फायदा मिल पावे। इहदे अलावा एक जिहड़ा कि नौकरियां दे विच आरक्षण की गल है, जिवें कि ने किते कहा जांदा ना हर पासे दो चीज़ कंपैरिजन की जाती मुंडा जा कुड़ी मेल जा फीमेल, बट जे जॉब की गल की जाए थर्ड कम्यूनिटी की उस कोई भी मतलब जॉब ले अप्रूवल नहीं करते कि हाँ उन्होंने जॉब मिले जा फिर उन्होंने एक्सैप्ट नहीं करते, कारण देखो एक्सैप्ट इस करके नहीं करते कि लोग सोचते हैं कि ये कम्यूनिटी कम करके राजी नहीं है, लेकिन इस कम्यूनिटी दे विच मेल फीमेल नालों ज़्यादा स्किल हैगी है। देखो मेल फीमेल तो आप कम ही कर सकते हैं, डांस करके रोटी रोजी नहीं कमा सकते, साड़ी कम्यूनिटी तो डांस करके रोटी रोजी भी कमा सकती है अपनी, साड़ी कम्यूनिटी तो अगे लगते अगे हाथ फैला के 10-10 रुपये इकट्ठे करके भी रोटी खा सकती है, ठीक है ना। लेकिन ये चीज़ा सही नहीं है, ये चीज़ा गलत हैगिया थोड़िया जी। अगर इज्जत की नौकरी हो, इज्जत की रोटी हो, इज्जत का कारोबार हो, तो इज्जत नाल बंदा रहिंदा हो समाज दे विच, तां वो थोड़ा वक्रा इंप्रेशन पै सकता उस चीज़ का, ठीक है ना। तो ये गल्लां थोड़िया जी गवर्नमेंट नूं सोचनिया चाहीदियां, जिवें कि हुण यूपी दे विच थोड़े दिन पहला पुलिस की भर्ती हुई सी, तो उत्थे 16 ट्रांसजेंडर भर्ती किए गए सी
पुलिस दे विच ते उन्होंने काफ़ी कुछ मतलब सहायता मिली और रोज़गार होया। टाटा कंपनी ने जमशेदपुर दे विच काफ़ी ट्रांसजेंडर रोज़गार दिता है, लेकिन इतने पंजाब दे विच तां कोई ट्रांसजेंडर पुछता ही नहीं। लोगों की यह गलतफहमी है कि इन्हों को पैसे बहुत होंगे, पैसे होंगे बट उन्हों को होंगे पैसे जेडे डेरेदार है जिन्हों के इलाके है, लेकिन जेडे लाइटा मंगते हैं, जेडे बसा मंगते हैं, जेडे चौकों पर खड़े होंगे उन्हों को किहड़े पैसे है। ठीक है, कितना कितना ये भी कहा जाता है लोगों द्वारा कि पहला ये मुंडा होंदा सी पर ये जान के इस कम्यूनिटी के आ गया ताकि इनू कुछ करना ना पवे, सिर्फ इनू लाइटा मंगनी पैन जब बसा विच जाके ताली बजा के पैसे मिलने चाहिए। थोनू की लगता वो मतलब उस चीज़ में किस नज़रिए से देखते? देखो ट्रांसजेंडर एक इदा का शब्द है कि बंदा अपने जेंडर नू ट्रांस मतलब फॉरवर्ड करता है, चेंज करता है। ठीक है ना, अपने जेंडर नू चेंज करता है। ठीक है, लेकिन हिंजड़ा जो शब्द है, जो बधाई मांगनी है हिंजड़ा शब्द है, वो शब्द कोई भी मतलब कोई जेंडर नहीं हैगा, वो एक रिचुअल्स है जिन्हों फॉलो करते हैं, चाहे उन्हें मेल फॉलो करे चाहे फीमेल फॉलो करे चाहे ट्रांसजेंडर फॉलो करे, वो एक रिचुअल होंगे, वो चेला नाती प्रथा होंगी है, जोड़ा उन्होंने फॉलो करता है वह हिंजड़ा कहलाता है। ठीक है, तो ट्रांसजेंडर है जोड़ा वो ट्रांसजेंडर एक अलग कम्यूनिटी है, वो एक मन की भावना होंगी है। अजकल तुम ये कहो कि मुंडा सीगा तो सूट पा के लाइटा मंगता है, ये गल सब दे दिमाग च आती है। कोई भी बंदा अपना जे घर का बच्चा आवे, अगर कुड़ी मुंडे वाले कपड़े पा के मुंडिया तरह काम करे तो करते उन कहते वाह वाह जी साड़ी धी तो पुत्तां वर्गी है, लेकिन अगर मुंडा कुड़ियां वाले कपड़े पा के ते मेकअप करके निकले तो कहोगे ये साला ये की करी जांदा है, कहें साड़ी बेइज्जती करा रहे हैं। अज के टाइम के बीच एल जी बी टी कम्यूनिटी के बीच जिन्हें भी अपनी कम्यूनिटी आते हैं, ये क्यों एल जी बी टी तो अंबरेला है, ये तो बहुत सारी कम्यूनिटी आती है, तो जिन्हें भी कम्यूनिटी आती है एल जी बी टी के बीच, वो अपना जेंडर चेंज करके मेल तो फीमेल तो फीमेल तो मेल बन सकते हैं, ट्रांस मेल भी है ट्रांस फीमेल भी। ठीक है ना, लेकिन जरूरी नहीं है कि वो सारे हिंजड़े होण, हिंजड़े नहीं है सारे, क्योंकि हिंजड़ा वही होगा जिहड़ा इस रिचुअल्स नू फॉलो करूगा। ठीक है ना, तो इस दे अलावा भी बहुत सारिया चीज़ा हैं जिहड़ियां कि आपां लोग कहिंदे आ इहनां तों आदत होगी, ये तो कम करके राजी नहीं है, ये तो नकली है, ये तो असली है। देखो ना तो कोई नकली है ना कोई असली है, सारे है तो सारे ही नकली है तो सारे ही असली है। और गौरमेंट हुण तां 5 लाख रुपए दे रही है, तुसी अपनी बॉडी चेंज करना चाहते हो तो कर सकते हो एज ए इंडियन संविधान के अकॉर्डिंग। ठीक है, तो इहनूं फिर क्यों नकली क्यों असली दे विच तोलिया जा रहा है, जदों गौरमेंट पैसे दे रही है। अगर मैं मुंडा हाँ, अगर मैं कुड़ी बन के रहना चाहता, मैं गवर्नमेंट मेरी सर्जरी वास्ते पैसे दे रही है, मेरे सारे क्रियाकलापों वास्ते पैसे दे रही है, तो मैं क्यों ना कराँगा, मेरा राइट बनता है। अगर थोनू गवर्नमेंट पैसा दे रही है, अगर तुसी ट्रांस मेल बनना चाहते हो तो तुसी भी बन सकते हो, थोड़ा राइट है, वो थोड़ी च्वाइस है। देखो 3 चीज़ा होंगे, सैक्स सैक्सुअलिटी और जेंडर। सैक्स वो होता है जो कि डॉक्टर डिसाइड करता है बर्थ दे टाइम मुंडा है कि कुड़ी है। ठीक है, लेकिन कई बार इदा के बच्चे ही पैदा हो जाते हैं, उन्होंने मुंडे चाहते हैं ना कुड़ी चाहते, उन्होंने इंटरसैक्स भी बोल देंगे, क्वेर भी बोल देंगे, बहुत सारिया चीज़ा बोल देंगे, उन्होंने डॉक्टर ने समझ नहीं आता भी एक ही चीज़ है। इस दे अलावा जेंडर वो होंगे जोड़ा डॉक्टर नहीं सॉरी सैक्स वो होंगे जोड़ा डॉक्टर डिसाइड करता है। सैक्सुअलिटी वो होंगी है जी साढ़े 13-14-15 साल की उम्र के साडा अट्रैक्शन किधर है। ठीक है ना, अगर सेम सैक्स बननी है तो उन्हें लोग गे कह देंगे है, अगर मुंडे का सेम सैक्स बननी है, अगर लेडीज़ का सेम सैक्स वाली अट्रैक्शन है तो उन्होंने लेसबीन बोल देंगे है। ये बाईसैक्सुअल भी है, ट्रांसजेंडर भी है, हिंजड़ा भी है, क्यूरी भी है, मतलब बहुत सारी कम्यूनिटी है ये। ठीक है ना, तो यह हैगा अपना अट्रैक्शन, इनू कोई नकली या असली नहीं कह सकता, ये रब दे उत्तों ही बन के आदि है चीज़ा जी अपने दिमाग च अपने दिल से आप की चंगा लगता है आप उस अकॉर्डिंग अपना बिहेवियर कर लें। ठीक है ना, तीसरा है सैक्स सैक्सुअलिटी और जेंडर। जेंडर वो होंगे जेड़ा जेंडर वो होंगे जेड़ा कि अपना लोगों को दिखता है। अज मैं बैठी हाँ इतने, मैं बैठी हाँ, मैं अगर टॉप तो जीन पेंट पाई है, मैं मेकअप किया हो तो लोग मैं मैडम कह के बुला,
इन्हों ने पैंट शर्ट पाई है, जीन पाई है, लोग इन्हों सर कह के बुलाएंगे, ठीक है ना। जेंडर डिसाइड करता है समाज, ठीक है ना। समाज में जो दिखता है समाज वो ही देखता है, समाज किसी के कपड़े खुला के नहीं देखता कि ये बंदा है कि कुड़ी है या खुसरा है कि की है, ठीक है ना। जेड़ा दिखता है वही समाज बोलता है उन्होंने, ठीक है। तो ये छोटिया छोटिया चीज़ा है जिहड़ियां समाज में समझनिया चाहिए, बट लोग ये नकली है जी, जेडे डेरे च बैठे असली है जी, जेडे बसा मंगते नकली है जी, ना जी कोई नकली नहीं है, कोई असली नहीं है, सब की सर्जरी होती है, सब कुछ होता है, गवर्नमेंट इवन के पास से अपने पल्ले से पैसे दे रही है, सब कुछ हो रहा है। सो जिमें कि असी मैम ना गल कर ली है, सिर्फ कहण दा मसला एक ही है, कहण दा मुद्दा एक ही है कि जिहड़ा समाज इन्हां नूं एक्सैप्ट नहीं करता वो करो, क्योंकि इन्हां दा भी साढ़े वांगू दिल हुंदा, इन्हां दी भी फीलिंग्स हुंदियां ने। असी बड़ा ज़्यादा लोगों के कमियां कर देंदे ने, इदां दा उदां, पर अपने वल असी कदे नहीं देखते। तो असी यही अपील करांगे, तुसीं दूजिआं नूं कहण दी बजाय असी अपने आप नूं जरूर देखिए कि साढ़े दे विच की कमियां ने, ते जिहड़े ए जेंडर इन्हां नूं भी एक्सैप्ट करना चाहीदा, क्योंकि ए भी रब वल्लों ही बनाए गए ने। वीडियो नूं ज़्यादा तो ज़्यादा शेयर कर दिओ ते लाइक कर दिओ। जे थोड़ी भी कुछ इदा की कहानी है तो कमेंट सैशन में कमेंट करके जरूर दस दिओ। इदा दी अपडेट्स लई साडे नाल बने रहो ते देखते रहो सिटी हैडलाइन। मैं नेहा मलिक, कैमरा परसन करण कुमार नाल।